ਪ੍ਰੋਗਰਾਮ ਅਸਲੇ ਦੇ ਆਦੇ ਐਪੀਸੋਡ ਵਿੱਚ ਦਰਸ਼ਕਾਂ ਦਾ ਸਵਾਗਤ ਹੈ। ਅੱਜ ਦੀ ਸਾਡੀ ਗੱਲਬਾਤ ਸਿੱਖ ਪਗੜੀ ਅਤੇ ਦਸਤਾਰ ਦੇ ਉਸ ਅਹਿਮ ਮੁੱਦੇ ਉੱਤੇ ਹੋਣ ਜਾ ਰਹੀ ਹੈਗੀ, ਜਿਸ ਉੱਤੇ ਕਿ ਪਾਬੰਦੀ ਲਾਈ ਗਈ ਸੀਗੀ ਸਾਲ 2004 ਦੇ ਵਿੱਚ। 15 ਮਾਰਚ 2004 ਦੇ ਵਿੱਚ ਫਰਾਂਸ ਦੀ ਪਾਰਲੀਮੈਂਟ ਦੇ ਵਿੱਚ ਇੱਕ ਕਾਨੂੰਨ, ਇੱਕ ਵਿਵਾਦਾਸਪਦ ਕਾਨੂੰਨ ਪਾਸ ਕੀਤਾ ਗਿਆ ਸੀਗਾ। ਉਸ ਵਕਤ ਹੀ ਜੈਕ ਸ਼ਿਰਕ ਦੀ ਜਿਹੜੀ ਗਵਰਨਮੈਂਟ ਸੀਗੀ ਫਰਾਂਸ ਦੀ, ਜਿਹਦੇ ਤਹਿਤ ਕਿ ਸਿੱਖਾਂ ਵੱਲੋਂ ਪਬਲਿਕ ਸਕੂਲਾਂ ਦੇ ਵਿੱਚ ਦਸਤਾਰ ਪਾਉਣ ਉੱਤੇ ਪਾਬੰਦੀ ਲਾਈ ਗਈ ਸੀ। ਇਸ ਪਾਬੰਦੀ ਤੋਂ ਬਾਅਦ, ਇਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ, ਖਾਸ ਕਰਕੇ ਸਿੱਖ ਡਾਇਸਪੋਰਾ ਅਤੇ ਹਿੰਦੁਸਤਾਨ ਦੇ ਵਿੱਚ ਵਸੇ ਸਿੱਖਾਂ ਨੇ ਕਾਫੀ ਜ਼ਿਆਦਾ ਵਿਰੋਧ ਇਸ ਪੂਰੀ ਘਟਨਾ ਦਾ ਕੀਤਾ। ਅਤੇ ਉਸ ਤੋਂ ਬਾਅਦ ਇੱਕ ਲਾਮਬੰਦੀ ਲੰਬੇ ਚੌੜੇ ਲੈਵਲ ਦੀ ਸ਼ੁਰੂ ਹੋਈ, ਜਿਹਦੇ ਤਹਿਤ ਕਿ ਕੋਸ਼ਿਸ਼ ਕੀਤੀ ਗਈ ਫਰਾਂਸੀ ਸਰਕਾਰ ਨੂੰ ਸਮਝਾਇਆ ਜਾ ਸਕੇ, ਉੱਥੇ ਦੇ ਹੁਕਮਰਾਨਾਂ ਨੂੰ, ਉੱਥੇ ਦੇ ਪਾਰਲੀਮੈਂਟੇਰੀਅਨ ਨੂੰ, ਉਹ ਲੋਕ ਜੋ ਕਿ ਕਾਨੂੰਨ ਬਣਾਉਂਦੇ ਨੇ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਦਵਾਇਆ ਜਾ ਸਕੇ ਵੀ ਜਿਸ ਦਸਤਾਰ ਉੱਤੇ ਪਾਬੰਦੀ ਲਾਈ ਗਈ ਹੈ, ਉਸਨੂੰ ਇੱਕ ਧਾਰਮਿਕ ਚਿੰਨ੍ਹ ਸਮਝ ਕੇ, ਉਹ ਸਿਰਫ ਇੱਕ ਧਾਰਮਿਕ ਚਿੰਨ੍ਹ ਨਾ ਹੋ ਕੇ ਧਾਰਮਿਕ ਪਛਾਣ ਵੀ ਹੈ ਅਤੇ ਸਿੱਖੀ ਸਿਧਾਂਤਾਂ ਦੇ ਨਾਲ ਜੁੜਿਆ ਹੋਇਆ ਇੱਕ ਕੋਰ ਸਬਜੈਕਟ ਵੀ ਹੈ। ਲੇਕਿਨ ਇਸ ਚੀਜ਼ ਨੂੰ ਸਮਝਾਉਣ ਦੇ ਵਿੱਚ ਅਜੇ ਤੱਕ ਪਿਛਲੇ ਲਗਭਗ ਆਪਾਂ ਸਮਝਦੇ 8 ਸਾਲਾਂ ਦੀ ਜਿਹੜੀ ਕੋਸ਼ਿਸ਼ ਹੈਗੀ ਹੈ ਉਹ ਕਿਸੇ ਵੀ ਸਿਰੇ 'ਤੇ ਨਹੀਂ ਪਹੁੰਚ ਸਕੀ ਹੈ, ਕਾਮਯਾਬੀ ਉਸ ਵਿੱਚ ਨਹੀਂ ਮਿਲ ਸਕੀ ਹੈ। ਹਾਲਾਂਕਿ ਫਰਾਂਸ ਦੇ ਵਿੱਚ ਹੀ ਦਸਤਾਰ ਐਕਸ਼ਨ ਕਮੇਟੀ ਦੀ ਹੋਂਦ ਹੋਈ ਇਸ ਫੈਸਲੇ ਤੋਂ ਬਾਅਦ, ਅਤੇ ਇਸ ਦਸਤਾਰ ਐਕਸ਼ਨ ਕਮੇਟੀ ਨੇ ਪਿਛਲੇ ਲਗਭਗ 9 ਸਾਲਾਂ ਦੇ ਵਿੱਚ ਆਪਣੀ ਮੁਹਿੰਮ ਨੂੰ ਕਾਫੀ ਵਿਆਪਕ ਪੱਧਰ ਤੱਕ ਨਾ ਸਿਰਫ ਵਿੱਢਿਆ ਹੈਗਾ ਬਲਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਯੂਨਾਈਟਿਡ ਨੇਸ਼ਨਸ ਤੋਂ ਲੈ ਕੇ ਯੂਰੋਪੀਅਨ ਯੂਨੀਅਨ ਦੀ ਵੱਖ ਵੱਖ ਅਦਾਲਤਾਂ ਦੇ ਵਿੱਚ ਫਰਾਂਸੀਸੀ ਸਰਕਾਰ ਦੀ ਇਸ ਫੈਸਲੇ, ਇਸ ਕਾਨੂੰਨ ਦੀ ਮੁਖਾਲਫਤ ਕਰਦੇ ਹਾਂ, ਉਸਨੂੰ ਚੁਣੌਤੀ ਵੀ ਦਿੱਤੀ ਹੈ। ਦਰਸ਼ਕਾਂ ਨੂੰ ਇਹ ਵੀ ਦੱਸ ਦਈਏ ਵੀ 2011 ਅਤੇ 2012 ਦੇ ਦੋ ਐਸੇ ਸਾਲ ਸਨ ਜੋ ਕਿ ਦੋ ਅਹਿਮ ਪ੍ਰਾਪਤੀਆਂ ਇਸ ਦਸਤਾਰ ਐਕਸ਼ਨ ਕਮੇਟੀ ਵੱਲੋਂ ਅੰਤਰਰਾਸ਼ਟਰੀ ਅਦਾਲਤਾਂ 'ਚ ਪਾਏ ਗਏ ਕੇਸਾਂ ਦੇ ਵਿੱਚ ਪ੍ਰਾਪਤੀਆਂ ਦੇ ਰੂਪ 'ਚ ਮਿਲੀ। ਇਹ ਸਾਬਿਤ ਹੋਇਆ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਮੇਟੀ ਵੱਲੋਂ ਆਪਣੇ ਫੈਸਲਿਆਂ ਦੇ ਤਹਿਤ ਇਹ ਫੈਸਲੇ ਸੁਣਾਏ ਗਏ ਵੀ ਫਰਾਂਸੀਸੀ ਸਰਕਾਰ ਵੱਲੋਂ ਲਾਈ ਗਈਆਂ ਉਹ ਪਾਬੰਦੀਆਂ, ਜਿਨ੍ਹਾਂ 'ਚ ਸਿੱਖ ਦਸਤਾਰ ਉੱਤੇ ਪਾਬੰਦੀ ਪਬਲਿਕ ਸਕੂਲਾਂ ਦੇ ਵਿੱਚ ਪਾਉਂਦੇ, ਇੱਕ ਪਹਿਲਾ ਫੈਸਲਾ ਉਹ ਵੀ ਗਲਤ ਸੀਗਾ, ਅਤੇ ਉਸਦੇ ਨਾਲ ਹੀ ਉਸ ਤੋਂ ਅਹਿਮ ਇੱਕ ਹੋਰ ਮਾਮਲਾ ਜਿਸਦੇ ਵਿੱਚ ਕਿ ਪਛਾਣ ਪੱਤਰਾਂ ਉੱਤੇ, ਆਈਡੈਂਟੀਟੀ ਕਾਰਡਸ ਉੱਤੇ ਬਿਨਾਂ ਦਸਤਾਰ ਦੇ ਫੋਟੋ ਖਿਚਵਾਉਣ ਸਿੱਖਾਂ ਵੱਲੋਂ ਉਸਨੂੰ ਜ਼ਰੂਰੀ ਬਣਾਇਆ ਜਾਣਾ ਫਰਾਂਸ ਦੇ ਵਿੱਚ, ਉਹ ਵੀ ਗਲਤ ਕਰਾਰ ਦਿੱਤਾ ਗਿਆ। ਲੇਕਿਨ ਅੰਤਰਰਾਸ਼ਟਰੀ ਅਦਾਲਤਾਂ, ਕੌਮਾਂਤਰੀ ਪੱਧਰ ਦੀਆਂ ਇਹਨਾਂ ਅਦਾਲਤਾਂ ਜਿਨ੍ਹਾਂ ਦੇ ਕਿ ਜਿਹਨਾਂ ਪ੍ਰਤੀ ਪਾਬੰਦ ਖੁਦ ਫਰਾਂਸੀਸੀ ਸਰਕਾਰ ਆਪਣੇ ਆਪ ਨੂੰ ਪਿਛਲੇ ਕਈ ਸਾਲਾਂ ਤੋਂ ਦੱਸਦੀ ਆਈ ਹੈਗੀ ਹੈ, ਉਹਨਾਂ ਦੇ ਫੈਸਲਿਆਂ ਦੇ ਬਾਵਜੂਦ ਵੀ ਫਰਾਂਸ ਦੇ ਵਿੱਚ ਅੱਜ ਸਿੱਖ ਦਸਤਾਰ ਪਾ ਕੇ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਨਹੀਂ ਪੜ੍ਹਾ ਸਕਦੇ ਪਬਲਿਕ ਸਕੂਲਾਂ ਦੇ ਵਿੱਚ, ਅਤੇ ਪਛਾਣ ਜਿਹੜੇ ਪੱਤਰ ਹੈਗੇ ਨੇ, ਆਈਡੈਂਟੀ ਕਾਰਡਸ ਹੈਗੇ ਨੇ, ਉਹਨਾਂ ਦੇ ਉੱਤੇ ਦਸਤਾਰ ਵਾਲੀ ਫੋਟੋ ਹਜੇ ਵੀ ਮੰਨੀ ਨਹੀਂ ਜਾ ਰਹੀ, ਉਸਨੂੰ ਰਿਕੋਗਨੀਸ਼ਨ ਨਹੀਂ ਮਿਲ ਪਾ ਰਹੀ। ਸੋ ਕੁੱਲ ਮਿਲਾ ਕੇ ਲੰਬਾ ਚੌੜਾ ਮੁੱਦਾ ਲਗਾਤਾਰ ਇੱਕ ਸੰਘਰਸ਼ ਦੇ ਵਿੱਚੋਂ ਗੁਜ਼ਰਦਾ ਰਿਹਾ ਹੈਗਾ, ਅਤੇ ਸਮੇਂ ਸਮੇਂ 'ਤੇ ਜਦੋਂ ਵੀ ਹਿੰਦੁਸਤਾਨ ਦੀ ਸਰਕਾਰ ਨੂੰ ਮੌਕਾ ਮਿਲਿਆ ਹੈਗਾ, ਯਾਨੀ ਕਿ ਜਦੋਂ ਜਦੋਂ ਫਰੈਂਚ 'ਚ ਪ੍ਰੈਜੀਡੈਂਟਸ ਇੱਥੇ ਆਏ ਹੈਗੇ ਨੇ, ਚਾਹੇ ਉਹ ਪਿਛਲੇ ਫਰੈਂਚ ਜਿਹੜੇ ਰਾਸ਼ਟਰਪਤੀ ਨਿਕੋਲਸ ਸਾਰਕੋਜ਼ੀ ਸਨ ਜਾਂ ਫਿਰ ਮੌਜੂਦਾ ਜਿਹੜੇ ਫਰੈਂਚ ਪ੍ਰੈਜੀਡੈਂਟ ਹੈਗੇ ਨੇ ਫਰਾਂਸਿਸ ਹੋਲੈਂਡ ਹੈਗੇ ਨੇ, ਉਹਨਾਂ ਦੇ ਸਾਹਮਣੇ ਸਰਕਾਰ ਵੱਲੋਂ ਜਿਸ ਤਰੀਕੇ ਨਾਲ ਇਸ ਕੇਸ ਨੂੰ ਰੱਖਿਆ ਗਿਆ ਉਹ ਵੀ ਕੁਛ ਸੰਤੁਸ਼ਟੀ ਦਾ ਸਬੱਬ ਸਾਨੂੰ ਨਹੀਂ ਪ੍ਰਦਾਨ ਕਰਦਾ, ਕਿਉਂਕਿ ਕਿਤੇ ਨਾ ਕਿਤੇ ਮੁੱਦੇ ਨੂੰ ਇੱਕ ਸੈਂਟਰਲ ਆਈਟਮ ਨਾ ਸਮਝ ਕੇ ਇੱਕ ਪੈਰੀਫੇਰੀਅਲ ਜਾਂ ਕੈਜੂਅਲ ਜਿਹਾ ਮੁੱਦਾ ਸਮਝਿਆ ਗਿਆ। ਇਸ ਵਾਰ ਵੀ ਅਸੀਂ ਕਈ ਵਿਰੋਧ ਵੇਖੇ ਜਦੋਂ ਤੋਂ ਫਰਾਂਸੀਸੀ ਰਾਸ਼ਟਰਪਤੀ ਹਿੰਦੁਸਤਾਨ ਵਿੱਚ ਸਨ, ਮਨਮੋਹਨ ਸਿੰਘ ਉਹਨਾਂ ਨਾਲ ਉਹਨਾਂ ਦੀ ਮੁਲਾਕਾਤ ਹੋ ਰਹੀ ਸੀ, ਅਸੀਂ ਵੇਖਿਆ ਕਿਸ ਤਰੀਕੇ ਨਾਲ ਸਿੱਖ ਜਥੇਬੰਦੀਆਂ ਨੇ ਸੜਕਾਂ 'ਤੇ ਉੱਤਰ ਕੇ ਲਾਮਬੰਦੀ ਕਰਨ ਦੀ ਕੋਸ਼ਿਸ਼ ਕੀਤੀ, ਇੱਕ ਓਪੀਨੀਅਨ ਬਣ ਪਾਏ, ਭਾਰਤ ਸਰਕਾਰ ਇਸ ਮੁੱਦੇ ਨੂੰ ਥੋੜ੍ਹਾ ਹੋਰ ਗੰਭੀਰਤਾ ਨਾਲ ਫਰਾਂਸੀਸੀ ਸਰਕਾਰ ਨਾਲ ਚੁੱਕ ਪਾਏ, ਇਹ ਸਾਰੀਆਂ ਕੋਸ਼ਿਸ਼ਾਂ ਹੋਈਆਂ, ਲੇਕਿਨ ਲੱਗਦਾ ਨਹੀਂ ਕੋਈ ਜ਼ਿਆਦਾ ਕਾਮਯਾਬੀ ਇਹਦੇ ਵਿੱਚ ਵੀ ਮਿਲ ਸਕੀ ਹੈ। ਸੋ ਅੱਜ ਦੇ ਸਾਡੇ ਮੰਚ ਤੋਂ ਸਾਰੀ ਗੱਲਾਂ ਬਾਤਾਂ 'ਤੇ ਚਰਚਾ ਹੋਏਗੀ, ਅਤੇ ਉਹ ਲੋਕਾਂ ਦੇ ਨਾਲ ਅੱਜ ਅਸੀਂ ਚਰਚਾ ਲੈ ਕੇ ਹਾਜ਼ਰ ਹੋਏ ਜੋ ਕਿ ਇਸ ਪੂਰੇ ਮੁੱਦੇ ਨਾਲ ਜੜ੍ਹ ਤੋਂ ਜੁੜੇ ਹੋਏ ਨੇ, ਫਰਾਂਸ ਦੇ ਵਿੱਚ ਬੈਠ ਕੇ ਦਸਤਾਰ ਐਕਸ਼ਨ ਕਮੇਟੀ ਦੇ ਰੂਪ ਵਿੱਚ ਇਹ ਲੜਾਈ ਲੜ ਰਹੇ ਹੈਗੇ ਨੇ ਫਰਾਂਸੀਸੀ ਸਰਕਾਰ ਦੇ ਇਸ ਕਾਨੂੰਨ ਦੇ ਖਿਲਾਫ, ਉਹਨਾਂ ਹੁਕਮਾਂ ਦੇ ਖਿਲਾਫ। ਸਾਡੇ ਨਾਲ ਇਸ ਵਕਤ ਜੁੜ ਰਹੇ ਨੇ ਸਰਦਾਰ ਗੁਰਦਿਆਲ ਸਿੰਘ ਜੀ ਜੋ ਕਿ ਪ੍ਰਧਾਨ ਹੈਗੇ ਨੇ ਦਸਤਾਰ ਐਕਸ਼ਨ ਕਮੇਟੀ ਫਰਾਂਸ ਤੋਂ, ਵਰਿੰਦਰ ਸਿੰਘ ਮਾਨ ਸਾਹਿਬ ਸਾਡੇ ਨਾਲ ਟ੍ਰੈਜਰਰ ਅਤੇ ਖਜ਼ਾਨਚੀ ਹੈਗੇ ਨੇ ਇਸੀ ਦਸਤਾਰ ਐਕਸ਼ਨ ਕਮੇਟੀ ਦੇ ਫਰਾਂਸ ਤੋਂ, ਸਨ ਹਰਦੀਪ ਸਿੰਘ ਮੋਹਾਲੀ ਸਾਹਿਬ ਇੱਕ ਵਾਰ ਫਿਰ ਜੁੜ ਰਹੇ ਹੈਗੇ ਨੇ ਜੋ ਕਿ SGPC ਦੇ ਮੈਂਬਰ ਹੈਗੇ ਨੇ ਮੋਹਾਲੀ ਤੋਂ, ਸ਼ਮਸ਼ੇਰ ਸਿੰਘ ਜੀ ਇੱਕ ਹੋਰ ਖਾਸ ਮਹਿਮਾਨ ਜੋ ਕਿ ਸੀਨੀਅਰ ਮੈਂਬਰ ਹੈਗੇ ਨੇ ਦਸਤਾਰ ਐਕਸ਼ਨ ਕਮੇਟੀ ਫਰਾਂਸ ਦੇ। ਬਹੁਤ ਬਹੁਤ ਸਵਾਗਤ ਹੈ ਸਾਡੇ ਸਾਰੇ ਮਹਿਮਾਨਾਂ ਸਟੂਡੀਓ ਵਿੱਚ। ਸਭ ਤੋਂ ਪਹਿਲਾਂ ਗੁਰਦਿਆਲ ਸਿੰਘ ਜੀ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਹੁਣ ਕਈ ਵਾਈਡ ਰੇਂਜ ਆਫ ਇਸ਼ੂਜ਼ ਦੇ ਉੱਤੇ ਗੱਲਬਾਤ ਕੀਤੀ ਹੈ ਉਸ ਵਕਤ ਜਦੋਂ ਕਿ ਫਰਾਂਸਿਸ ਹੋਲੈਂਡ ਹੁਣ ਰਾਸ਼ਟਰਪਤੀ ਫਰਾਂਸ ਦੇ ਭਾਰਤ ਆਏ ਸਨ, ਕੀ ਕਾਮਯਾਬੀ ਹਾਸਲ ਹੋਈ ਅਜੇ ਤੱਕ, ਕੁਛ ਤੁਹਾਨੂੰ ਐਸੇ ਸੰਕੇਤ ਮਿਲ ਸਕੇ ਨੇ ਵੀ ਭਾਰਤ ਸਰਕਾਰ ਕੁਛ ਹੱਦ ਤੱਕ ਕਾਮਯਾਬ ਹੋ ਪਾਈ ਉਸ ਪ੍ਰੈਸ਼ਰ ਨੂੰ ਬਣਾਉਣ ਦੇ ਵਿੱਚ? ਅਸੀਂ ਜਦੋਂ ਸਾਡੇ ਰਾਸ਼ਟਰਪਤੀ ਜੀ ਇੱਥੇ ਆਏ ਤਾਂ ਅਸੀਂ ਖੁਸ਼ੀ ਆਪਣੇ ਵੱਲੋਂ ਕੀਤੀ ਕਿ ਇੱਥੇ ਜਿਹੜੇ ਸਾਡੇ ਧਾਰਮਿਕ ਲੀਡਰ ਆ ਅਸੀਂ ਉਹਨਾਂ ਨੂੰ ਮਿਲ ਕੇ ਅਤੇ ਇੱਕ ਲਾਮਬੰਦ ਹੋ ਸਕੀਏ ਤਾਂ ਕਿ ਮਨਮੋਹਨ ਸਿੰਘ ਜੀ ਤੱਕ ਗੱਲ ਪਹੁੰਚ ਸਕੇ ਅਤੇ ਮਨਮੋਹਨ ਸਿੰਘ ਜੀ ਜਿਹੜੇ ਸਾਡੇ ਰਾਸ਼ਟਰਪਤੀ ਜੀ ਨਾਲ ਗੱਲਬਾਤ ਕਰ ਸਕਣ। ਉਹਦਾ ਕਾਰਨ ਇੱਕ ਸੀਗਾ ਕਿ ਅਸੀਂ ਹਿੰਦੁਸਤਾਨ ਦੇ ਵਾਸੀ ਹਾਂ ਔਰ ਇਹ ਜਿਹੜੀ ਦਸਤਾਰ ਆ ਸਾਡੇ ਸਰੀਰ ਦਾ ਇੱਕ ਤੋਂ ਟੰਗ ਤਾਂ ਹੈਗਾ ਹੀ ਆ, ਪਰ ਹਿੰਦੁਸਤਾਨ ਦੇ ਜਿਹੜੇ ਲੋਕ ਆ ਜਾਂ ਹਿੰਦੁਸਤਾਨ ਦੀ ਜਿਹੜੀ
तो उहदे नाल हिंदुस्तान नूं आप ही आजाद गल करनी चाहिए आ कि पग जिहड़ी आ सिर्फ 5-7 गज का कपड़ा नहीं गा, ये एक आजादी का चिन्ह आ, एक सत्कार का चिन्ह। तुसीं इन्नी लंबी चौड़ी लड़ाई लई अदालतां तक तुसीं जाके गए, इस पूरे मुद्दे नूं तुसीं मनुखी अधिकारां दे मुद्दे दे रूप में अंतरराष्ट्रीय अदालतों के सामने चुकया रख्या, कामयाबी भी तुहानूं मिली हैगी, इसके बावजूद फ्रांस सरकार इस नूं नहीं मान रही, की भारत सरकार फ्रांस सरकार तो इस किस्म का दबाव बनाने की इच्छुक नज़र आ रही हैगी है? हजे तक साडे कोल कोई इदां दा, क्योंकि जब तक साडे कोल लिखती प्रूफ नहीं कोई आउंदा, जां साडे जिहड़े राष्ट्रपति हैगे ओह कोई इदां दा बयान नहीं दिंदे, जां उन्हां नूं हदायतां नहीं करदे, सानूं सिर्फ इन्नी खबर मिली आ कि सर मनमोहन सिंह जी उन्होंने उन्हां नाल गलबात की, तो उन्होंने कहा मैं फ्रांस जाके जिहड़े इस मुद्दे नाल संबंधित मिनिस्टर हैगे आ उन्हां नाल गलबात करूँगा। सिर्फ इन्ना ही मुद्दा साढ़े सामने आया, कोई उन्होंने लिखती प्रूफ नहीं, तो ठीक है भी जी दस्तार की प्रॉब्लम ताड़ी आ उन्हों हल किया जा सकता, पर मनमोहन सिंह जी को समा सीगा जदों कि उन्होंने अपने एजेंडे भी शायद गल पाई थी, उन्होंने को समा सीगा कि वह खुल के गल कर सकते, जिथे तक दूसरे सारे बिजनेस गल की गई है कि जे दूसरे बिजनेस समझौते हुए आ उदों दस्तार की गल की जा सकती, उन्होंने कहा जा सकता है भी साढ़े इज्जत माण का मसला आ, पहलों आप इस विषय से गल कर लिए, बाकी बाद बिजनेस की गल करते, पहले इज्जत होनी चाहिए आ बिजनेस जेड़े पर उस तरीके गल होई नहीं जा उठाई नहीं गई, वह कोई रिजल्ट हजे आया नहीं। एक चिट्ठी मेरे हाथ में है जो कि मनजीत सिंह जी के वालों लिखी गई थी, इसी फेरी या इस मुलाकात जी फ्रांसीसी राष्ट्रपति नाल हुई हैगी है मनमोहन सिंह होना की, प्राइम मिनिस्टर ऑफिस की एक चिट्ठी हैगी जिस विच कि यह कहा गया है द प्राइम मिनिस्टर हैज़ आस्क मी टू कन्वे टू यू दैट दिस इशू हैज़ बीन टेकन अप विद द फ्रेंच अथॉरिटीज ऑन अ नंबर ऑफ ओकेजन्स एंड दैट द गवर्नमेंट ऑफ इंडिया विल कंटिन्यू टू रेज द इशू विद द गवर्नमेंट ऑफ फ्रांस। विक्रम मिश्री जो कि प्राइवेट सैक्रटरी टू प्राइम मिनिस्टर है, इस चिट्ठी का मतलब वरिंदर मान साहब साढ़े नाल बैठे ने, वरिंदर साहब ये चिट्ठी तो ऐ लग रहा है भी भारत सरकार नूं जदों पूछा गया भी इस बार राष्ट्रपति फ्रांस फ्रांसोइस हॉलैंड दे नाल की गलबात हुई, वह कह रहे हैं भी भारत सरकार इस मुद्दे नूं चुकती रही है तो चुकती रहेगी, ये जवाब थोनों मिला, इहदा मतलब की लाया जाए, इस बारे मुद्दा किन्नी संजीदगी नाल चुकया गया, इहदा कोई संकेत मिलता इस चिट्ठी चो? देखो जी ये जिहड़ी चिट्ठी है जी के साहब उत्थे दे प्रधान ने उन्हां नूं बराया गया इस चिट्ठी नाल कि असीं ये गल पहलां भी करदे सी ते अगे भी करदे रहांगे, पर लेकिन ਇਹਦਾ ਸਹੀ ਤੌਰ 'ਤੇ ਕੋਈ ਵੀ ਰਿਜ਼ਲਟ ਨਹੀਂ ਹੈਗਾ ਜੀ, ਇਹ ਚਿੱਠੀ ਦੇ ਕੋਈ ਵੀ ਮਾਇਨੇ ਨਹੀਂ ਹੈਗੇ, ਕਿਉਂਕਿ ਜੇ ਉਹ ਇੱਥੇ ਰਾਸ਼ਟਰਪਤੀ ਹਾਲੈਂਡੇ ਆਏ ਨੇ ਉਹਨਾਂ ਨਾਲ ਪ੍ਰਧਾਨ ਮੰਤਰੀ ਜੀ ਆਪ ਇਸ ਦਖਲਅੰਦਾਜ਼ੀ ਕਰਦੇ, ਕਿਉਂਕਿ ਉਹ ਵੀ ਸਰਦਾਰ ਨੇ, ਉਹਨਾਂ ਨੂੰ ਪਤਾ ਕਿ ਸਰਦਾਰਾਂ ਦੀ ਕੀ ਪ੍ਰੋਬਲਮ ਹੈ, ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਸਾਹਿਬਾਨ ਅਤੇ ਬਾਕੀ ਹੋਰ ਵੀ ਜਿਹੜੇ ਅਸੀਂ ਪੰਜਾਬ ਦੇ ਵਿੱਚ ਜਿਹਨਾਂ ਨੂੰ ਮਿਲਦੇ ਹਾਂ ਇਹਨਾਂ ਨੂੰ ਜ਼ੋਰਦਾਰ ਤਰੀਕੇ ਨਾਲ ਇਹ ਗੱਲ ਉਠਾਉਣੀ ਚਾਹੀਦੀ ਸੀਗੀ ਕਿ ਉਹ ਆਏ ਹੋਏ ਨੇ ਬਿਜ਼ਨਸ ਕਰਨ ਵਾਸਤੇ ਆਏ ਨੇ, ਉਹਨਾਂ ਦੇ ਬਿਜ਼ਨਸ ਤੋਂ ਪਹਿਲਾਂ ਇਹ ਦਸਤਾਰ ਦੀ ਗੱਲ ਆ ਜਿਹੜੀ ਉਠਾਈ ਜਾਂਦੀ, ਅਤੇ ਮੇਰਾ ਖਿਆਲ ਹੈ ਵੀ ਸ਼ਾਇਦ ਇਹ ਮਸਲਾ ਹੱਲ ਹੋ ਜਾਂਦਾ ਅਤੇ ਇਸ ਚਿੱਠੀ ਦੀ ਲੋੜ ਦੀ ਬਜਾਏ। ਸ਼ਮਸ਼ੇਰ ਜੀ ਤੁਸੀਂ ਕੁਛ ਐਡ ਕਰਨਾ ਚਾਹੋਗੇ? ਜੀ ਬਿਲਕੁਲ, ਅਸੀਂ ਸਭ ਤੋਂ ਜ਼ਿਆਦਾ ਸਾਡੀ ਨਾਰਾਜ਼ਗੀ ਜਿਹੜੀ ਆ ਇਹ ਵੇਲੇ ਵੀ ਅਸੀਂ 10 ਸਾਲਾਂ ਤੋਂ ਇਸ ਮਸਲੇ ਦੇ ਪਿੱਛੇ ਲੱਗੇ ਹੋਏ ਹਾਂ, ਅਸੀਂ ਕੋਈ ਵੀ ਬੰਦਾ ਸਰਦਾਰ ਜਿਹੜਾ ਦਸਤਾਰ ਸਜਾਉਂਦਾ ਉਹ ਨਹੀਂ ਛੱਡਿਆ, ਵੱਡੇ ਵੱਡੇ ਅਹੁਦੇ 'ਤੇ ਜਿੰਨੇ ਆਫਿਸਰ ਆ ਜਿੰਨੇ ਮਨਿਸਟਰ ਆ ਅਸੀਂ ਵਾਰੀ ਵਾਰੀ ਸਾਰਿਆਂ ਨੂੰ ਮਿਲੇ ਹਾਂ, ਅਜੇ ਤੱਕ ਇਸ ਵਿਸ਼ੇ 'ਤੇ ਕਿਸੇ ਨੇ ਵੀ ਸੰਜੀਦਗੀ ਦੇ ਨਾਲ ਇਸ ਵਿਸ਼ੇ ਨੂੰ ਨਹੀਂ ਉਠਾਇਆ, ਪਤਾ ਨਹੀਂ ਇਹ ਕਿਹੜੀ ਚੀਜ਼ ਦੀ ਵੇਟ ਕਰਦੇ ਆ ਵੀ ਕਦੋਂ ਕੋਈ ਇਹਨਾਂ ਨੂੰ ਲੋੜ ਪਊਗੀ ਪੋਲੀਟੀਕਲ ਤੌਰ 'ਤੇ ਉਦੋਂ ਇਹ ਇਸ਼ੂ ਨੂੰ ਲੈਣਗੇ, ਅੱਜ ਇਸ ਨੂੰ ਇਹ ਧਾਰਮਿਕ ਮੁੱਦਾ ਸਮਝ ਕੇ ਅਜੇ ਤੱਕ ਕੋਈ ਵੀ ਇਹਦੀ ਜਿਹੜੀ ਪੈਰਵਾਈ ਆ ਲੀਗਲ ਤਰੀਕੇ ਨਾਲ ਨਹੀਂ ਹੋ ਰਹੀ, ਅਖਬਾਰਾਂ 'ਚ ਬਿਆਨ ਹੋ ਰਹੇ ਆ, ਉਹ ਅਖਬਾਰਾਂ ਦੇ ਬਿਆਨ ਜਿਹੜੇ ਆ ਉਹ ਆਪਣੇ ਤੌਰ 'ਤੇ ਹੀ ਇਹ ਦੇ ਰਹੇ ਆ, ਸਟੇਟਮੈਂਟ ਕੋਈ ਗੌਰਮੈਂਟ ਵੱਲੋਂ ਜਿਹੜੀ ਇੰਡੀਆ ਗੌਰਮੈਂਟ ਵੱਲੋਂ ਸਾਡੇ ਕੋਲ ਨਹੀਂ ਆਈ ਜੀ। ਇਹ ਸਮਝ ਵਿੱਚ ਆ ਰਿਹਾ ਹੈਗਾ ਵੀ ਫਰਾਂਸ ਤੋਂ ਅਸੀਂ ਹਥਿਆਰ ਇਸ ਵਕਤ ਖਰੀਦਣਾ ਚਾਹ ਰਹੇ ਹਾਂ, ਖਰੀਦ ਰਹੇ ਹਾਂ, ਅਸੀਂ ਫਾਈਟਰ ਜੈਟਸ ਫਰਾਂਸੀਸੀ ਫਰਮਾਂ ਤੋਂ ਲੈਣਾ ਚਾਹ ਰਹੇ ਹਾਂ, ਤਮਾਮ ਕਿਸਮ ਦੇ ਇਸ਼ੂਜ਼ ਉੱਤੇ ਗੱਲਬਾਤ ਹੁੰਦੀ ਹੈ, ਲੇਕਿਨ ਪਗੜੀ ਦਾ ਇਸ਼ੂ ਕਿਤੇ ਨਾ ਕਿਤੇ ਇਹ ਹਮੇਸ਼ਾ ਫਰਾਂਸ ਵੱਲੋਂ ਕਹਿਤਾ ਜਾਂਦਾ ਹੈਗਾ ਵੀ ਇਹ ਮੁੱਦਾ ਸਿਰਫ ਸਿੱਖਾਂ ਦੇ ਨਾਲ ਨਹੀਂ ਹੈਗਾ, ਮੁਸਲਮਾਨਾਂ ਅਤੇ ਕੈਥੋਲਿਕਸ ਦੇ ਨਾਲ ਵੀ ਉਹਨਾਂ ਦੇ ਵੀ ਧਾਰਮਿਕ ਚਿੰਨ੍ਹਾਂ ਨੂੰ ਅਸੀਂ ਰੋਕ ਪਬਲਿਕ ਸਕੂਲਾਂ ਦੇ ਵਿੱਚ ਨਹੀਂ ਅਲਾਓ ਕਰ ਰਹੇ ਹੈਗੇ, ਸੋ ਇਸ ਹਿਸਾਬ ਨਾਲ ਯੂਨੀਵਰਸਲ ਗੱਲਬਾਤ ਹੈ। ਉਸ ਤੋਂ ਵੱਡੀ ਗੱਲ ਹੈਗੀ ਕਿਉਂਕਿ ਫਰਾਂਸੀਸੀ ਪਾਰਲੀਮੈਂਟ ਨੇ ਇੱਕ ਕਾਨੂੰਨ ਪਾਸ ਕੀਤਾ ਹੈਗਾ ਜਿਸ ਕਾਨੂੰਨ ਤੋਂ ਉੱਤੇ ਜਾਂ ਪਾਰਲੀਮੈਂਟ ਤੋਂ ਉੱਤੇ ਫਰਾਂਸ ਦੇ ਵਿੱਚ ਕੋਈ ਵੀ ਨਹੀਂ ਹੈਗਾ, ਉਸ ਹਾਲਾਤ ਦੇ ਵਿੱਚ ਇਹ ਚੀਜ਼ ਹੋਰ ਵੀ ਪਿਚੀਦਾ ਹੋ ਜਾਂਦੀ ਹੈ। ਉਹ ਜਿਹੜੇ ਫੈਸਲੇ ਜੋ ਕਿ ਇੰਟਰਨੈਸ਼ਨਲ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਮੇਟੀ ਵੱਲੋਂ ਆਏ ਹੈਗੇ ਨੇ, ਇੰਟਰਨੈਸ਼ਨਲ ਕੋਵਨੈਂਟ ਔਨ ਸਿਵਲ ਐਂਡ ਪੋਲੀਟੀਕਲ ਰਾਈਟਸ ਦੀਆਂ ਅਦਾਲਤਾਂ ਦੇ ਤਹਿਤ, ਉਹ ਕੋਈ ਐਮਪਾਵਰਿੰਗ ਫੀਚਰ ਹੋ ਸਕਦੇ ਨੇ, ਇਸ ਚੀਜ਼ ਨੂੰ ਰਿਅਲਾਈਜੇਸ਼ਨ ਜਾਂ ਸਮਝ ਬਣ ਪਾ ਰਹੀ ਹੈ ਹਿੰਦੁਸਤਾਨ ਦੇ ਵਿੱਚ? ਫਰਾਂਸ ਦੇ ਵਿੱਚ ਸਿੱਖ ਘੱਟ ਗਿਣਤੀ ਦੇ ਵਿੱਚ ਨੇ, ਬਹੁਤ ਇੱਕ ਸੀਮਤ ਜਿਹੀ ਗਿਣਤੀ ਹੈ ਸਾਡੀ ਉੱਥੇ। ਅਸਲ ਦਰੋਮਦਾਰ ਅਗਰ ਸੰਸਾਰ ਦੇ ਸਿੱਖਾਂ ਦਾ ਹੈ ਫਰਾਂਸ ਦੇ ਟਰਬਨ ਇਸ਼ੂ ਦੇ ਸੰਦਰਭ ਦੇ ਵਿੱਚ, ਤਾਂ ਉਹ ਸਾਰਾ ਦਰੋਮਦਾਰ ਭਾਰਤ ਸਰਕਾਰ 'ਤੇ ਆ ਜਾਂਦਾ ਹੈ।
और मैं जो कहां कि वक्-वक् संस्थावां ने रिप्रेजेंटेशन जिहड़ियां ने ਉਹ ਭਾਰਤ ਸਰਕਾਰ ਨੂੰ ਦਿੱਤੀਆਂ ਕਿਉਂ ਸੰਸਾਰ ਭਰ ਵਿੱਚ ਬੈਠੇ ਲੋਕ ਉਹ ਫਰਾਂਸ ਦੇ ਵਿੱਚ ਜਾ ਕੇ ਕਿਸੇ ਤਰ੍ਹਾਂ ਦੀ ਦਖਲ ਅੰਦਾਜ਼ੀ ਨਹੀਂ ਕਰ ਸਕਦੇ ਉਹ ਆਪਣੇ ਆਪਣੇ ਮੁਲਕ ਦੀਆਂ ਸਰਕਾਰਾਂ ਤੀਕ ਆਵਾਜ਼ ਇਹ ਚੁੱਕਦੇ ਨੇ ਠੀਕ ਇਸੇ ਤਰੀਕੇ ਇੱਥੋਂ ਦੀ ਸਮੁੱਚੇ ਸਿੱਖ ਜਗਤ ਨੇ ਸਮੁੱਚੀਆਂ ਸੰਸਥਾਵਾਂ ਨੇ ਭਾਰਤ ਸਰਕਾਰ ਤੱਕ ਇਹ ਆਵਾਜ਼ ਚੁੱਕੀ ਜੀ ਔਰ ਮੈਨੂੰ ਇਉਂ ਲੱਗਦਾ ਹੈ ਕਿ ਜਿਸ ਅਸਰਦਾਰ ਢੰਗ ਦੇ ਨਾਲ ਭਾਰਤ ਸਰਕਾਰ ਨੂੰ ਫਰਾਂਸ ਦੀ ਗੌਰਮੈਂਟ ਦੇ ਨਾਲ ਇਹ ਮੁੱਦਾ ਚੁੱਕਣਾ ਚਾਹੀਦਾ ਸੀ ਉਸ ਦੇ ਵਿੱਚ ਕਿਤੇ ਨਾ ਕਿਤੇ ਭਾਰੀ ਕਮੀ ਹੈ ਔਰ ਕਮੀ ਕੀ ਲੱਗ ਰਹੀ ਹੈ ਹਰਦੀਪ ਸਿੰਘ ਜੀ ਇੱਕ ਸਵਾਲ ਇੱਕ ਬੜਾ ਮੁੱਢਲਾ ਜਿਹਾ ਸਵਾਲ ਹੈ ਵੀ ਦੇਸ਼ ਦੇ ਪ੍ਰਧਾਨ ਮੰਤਰੀ ਖੁਦ ਸਿੱਖ ਨੇ ਖੁਦ ਆਪਣੇ ਸਿਰ ਤੇ ਉਹਨਾਂ ਨੇ ਦਸਤਾਰ ਸਜਾਈ ਹੋਈ ਹੈਗੀ ਹੈ ਤੇ ਜਦੋਂ ਵੀ ਉਹ ਰਾਸ਼ਟਰਪਤੀ ਨਾਲ ਮਿਲਦੇ ਹੈਗੇ ਨੇ ਇੱਕ ਫਿਜ਼ੀਕਲ ਜਿਹੜਾ ਕੰਟੈਕਟ ਹੈ ਉਹਦੇ ਵਿੱਚ ਉਹ ਚੀਜ਼ ਉਹ ਜਿਹੜਾ ਧਾਰਮਿਕ ਪਛਾਣ ਜਾਂ ਧਾਰਮਿਕ ਜਿਹੜੀ ਸਿੱਖੀ ਸਿਧਾਂਤਾਂ ਦੇ ਨਾਲ ਜਿਹੜੀ ਨੇੜਤਾ ਉਸ ਦਸਤਾਰ ਦੀ ਹੈਗੀ ਉਹ ਦਿਸਣੀ ਜਾਂ ਸਮਝ ਜਾਣੀ ਚਾਹੀਦੀ ਨੇ ਹੁਣ ਇਹ ਇੱਕ ਐਸੀ ਇੰਟਰਫੇਸ ਹੈਗਾ ਜਿੱਥੋਂ ਜਿਸ ਤੋਂ ਬਾਅਦ ਕਿ ਅਸੀਂ ਐਕਸਪੈਕਟ ਹੀ ਨਹੀਂ ਕਰ ਸਕਦੇ ਵੀ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਫਰਾਂਸੀਸੀ ਰਾਸ਼ਟਰਪਤੀ ਦੇ ਸਾਹਮਣੇ ਗੱਲ ਨਹੀਂ ਰੱਖ ਪਾ ਰਿਹਾ ਸੋ ਕੀ ਸਾਡੇ ਕੋਲ ਕੋਈ ਕਾਰਨ ਹੈ ਇਸ ਚੀਜ਼ ਨੂੰ ਸਮਝਣ ਲਈ ਵੀ ਕੋਈ ਢਿੱਲੀ ਪੈਰਵੀ ਹੈ ਤੇ ਕਿਉਂ ਹੈ ਮੈਂ ਸਮਝਦਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਦਾ ਮਨਮੋਹਨ ਸਿੰਘ ਇੱਕ ਸਿੱਖ ਹੋਣ ਔਰ ਦਸਤਾਰਧਾਰੀ ਹੁੰਦਿਆਂ ਹੋਇਆਂ ਜੇ ਅੱਜ ਇਹ ਮਸਲਾ ਜਿਸ ਢੰਗ ਨਾਲ ਰੱਖਿਆ ਜਾ ਸਕਦਾ ਸੀ ਉਹ ਨਹੀਂ ਰੱਖਿਆ ਗਿਆ ਤਾਂ ਫਿਰ ਸ਼ਾਇਦ ਕਦੇ ਵੀ ਨਾ ਰੱਖਿਆ ਚਿੱਠੀ ਦੇ ਵਿੱਚੋਂ ਕੀ ਨਜ਼ਰ ਆ ਰਿਹਾ ਹੈਗਾ ਇਹ ਸਭ ਚਿੱਠੀ ਚਿੱਠੀ ਲਿਖਿਆ ਗਿਆ ਕਿ ਇਟ ਹੈਜ਼ ਬੀਨ ਟੇਕਨ ਅਪ ਇਨ ਆਨ ਅ ਨੰਬਰ ਆਫ ਓਕੇਜ਼ਨ ਦੈਟ ਵਿਲ ਕੰਟੀਨਿਊ ਟੂ ਬੀ ਟੇਕਨ ਅਪ ਦੇਖੋ ਕੋਈ ਵੀ ਇੱਕ ਪੱਤਰ ਚੱਲਦਾ ਹੈ ਉਸ ਦੇ ਉੱਤੇ ਕਾਰਵਾਈ ਹੁੰਦੀ ਹੈ ਲੇਕਿਨ ਉਸ ਦੇ ਲਈ ਜੋ ਸੰਜੀਦਗੀ ਚਾਹੀਦੀ ਹੈ ਉਸ ਵਿੱਚ ਬਕਾਇਦਾ ਤੌਰ ਤੇ ਕਮੀ ਹੈ ਔਰ ਭਾਰਤ ਸਰਕਾਰ ਨੂੰ ਚਾਹੀਦਾ ਸੀ ਕਿ ਇੱਕ ਸਰਸਰੀ ਚਿੱਠੀ ਪੱਤਰ ਤੱਕ ਸੀਮਤ ਹੋ ਕੇ ਨਹੀਂ ਜਾਂ ਜੋ ਫਰਾਂਸ ਦੀ ਸਰਕਾਰ ਨੇ ਵਲੇਵੇਂ ਦੇ ਵਿੱਚ ਗੱਲ ਕਹਿਤੀ ਉਹ ਜਿਹੜਾ ਸਿੱਖਾਂ ਨੂੰ ਲਿਆ ਕੇ ਦੱਸਣ ਤੱਕ ਸੀਮਤ ਨਹੀਂ ਸੀ ਰਹਿਣਾ ਚਾਹੀਦਾ ਬਲਕਿ ਇਸ ਮਸਲੇ ਨੂੰ ਤਾਂ ਕਿਉਂਕਿ ਇਹ ਸਿੱਖਾਂ ਦੇ ਇੱਕ ਧਾਰਮਿਕ ਹੱਕ ਦੀ ਗੱਲ ਆ ਇੱਕ ਮਨੁੱਖੀ ਹੱਕ ਦੀ ਗੱਲ ਹੈ ਅਤੇ ਇਸ ਨੂੰ ਬਹੁਤ ਹੀ ਅਸਰਦਾਰ ਅਤੇ ਜ਼ੋਰਦਾਰ ਢੰਗ ਨਾਲ ਹੋਣਾ ਚਾਹੀਦਾ ਸੀਗਾ ਔਰ ਇੱਕ ਮੈਂ ਗੱਲ ਕਹਾਂ ਕਿ ਅਮੈਰੀਕਾ ਨੇ ਅਗਰ UK ਦੇ ਨਾਲ ਬ੍ਰਿਟੇਨ ਦੇ ਨਾਲ ਕੋਈ ਗੱਲਬਾਤ ਕਰਨੀ ਚਾਹੀ ਅਤੇ ਜੇ ਬ੍ਰਿਟੇਨ ਨੇ ਨਹੀਂ ਮੰਨੀ ਹੈ ਤਾਂ US ਨੇ ਕੀ ਕੀਤਾ ਹੈ ਕਿ UK ਦੇ ਪ੍ਰੋਡਕਟਸ ਨੇ ਜਿਹੜੇ ਉਹ ਆਪਣੇ ਮੁਲਕ ਦੇ ਵਿੱਚ ਉਹ ਰੋਕ ਲਗਾ ਦਿੱਤੀ ਅਤੇ ਇਮੀਡੀਏਟ ਜੋ ਹੈ UK ਨੂੰ ਇਸ ਗੱਲ ਦੇ ਉੱਤੇ ਆਪਣੀ ਸਹਿਮਤੀ ਦੇਣੀ ਪਈ ਜੋ US ਚਾਹੁੰਦਾ ਸੀ ਠੀਕ ਇਸ ਤਰੀਕੇ ਦਾ ਜਦੋਂ ਤੱਕ ਕੋਈ ਕਦਮ ਨਹੀਂ ਚੁੱਕਿਆ ਜਾਂਦਾ ਤੇ ਸਰਸਰੀ ਚਿੱਠੀ ਪੱਤਰ ਤੇ ਸਰਸਰੀ ਗੱਲਬਾਤ ਦੇ ਰਾਹੀਂ ਦੇਖੋ ਪ੍ਰਧਾਨ ਮੰਤਰੀ ਜੀ ਦੀ ਸਟੇਟਮੈਂਟ ਇਸ ਕਿਸੇ ਦੇ ਟ੍ਰੇਡ ਸੈਂਕਸ਼ਨਸ ਦਾ ਦੂਰ ਦੀ ਗੱਲਾਂ ਨੇ ਲੇਕਿਨ ਜੇ ਤੁਸੀਂ ਗੱਲ ਨੂੰ ਸਖਤ ਸ਼ਬਦਾਂ ਦੇ ਵਿੱਚ ਕਨਵੇ ਇੱਕ ਵਾਰ ਕਰ ਦੋ ਤਾਂ ਉਹਦੇ ਨਾਲ ਹੀ ਬਹੁਤ ਅਸਰ ਪਵੇ ਜੋ ਕਿ ਨਹੀਂ ਹੋ ਰਿਹਾ ਬਿਲਕੁਲ ਸਦਾ ਮਨਮੋਹਨ ਸਿੰਘ ਜੀ ਦੇ ਬਾਰ ਬਾਰ ਬਿਆਨ ਜੋ ਹਨ ਭਾਵੇਂ ਉਹ 2008 ਦੇ ਵਿੱਚ ਉਹਨਾਂ ਨੇ ਸਰਕੋਜ਼ੀ ਦੇ ਨਾਲ ਗੱਲ ਕੀਤੀ ਜਾਂ ਹੋਰ 2010 ਵਿੱਚ ਵੀ ਉਹਨਾਂ ਨੇ ਕਿਹਾ ਕਿ ਅਸੀਂ ਗੱਲਬਾਤ ਕੀਤੀ ਹੈ ਜਾਂ ਇਹ ਇਸ ਤਰ੍ਹਾਂ ਦੇ ਚਿੱਠੀ ਪੱਤਰ ਨਾਲ ਇਹ ਮਸਲੇ ਹੱਲ ਹੋਣ ਦਾ ਦਿਸ ਨਹੀਂ ਰਿਹਾ ਔਰ ਚਾਹੀਦਾ ਹੈ ਕਿ ਜਿੱਦਾਂ ਹੁਣ ਇੱਕ ਤਰਫ ਜੋ ਹੈ ਵਪਾਰ ਦੀਆਂ ਸੰਧੀਆਂ ਕੀਤੀਆਂ ਜਾ ਰਹੀਆਂ ਇਤਨੀ ਵੱਡੀ ਅਮਾਉਂਟ ਦੇ ਪਰਮਾਣੂ ਜੋ ਹਥਿਆਰਾਂ ਦੀ ਜੋ ਹੈ ਉਹ ਲੈਣ ਦੇਣ ਦੀ ਗੱਲ ਹੋ ਰਹੀ ਹੈ ਇਸ ਘੜੀ ਇਹ ਸ਼ਰਤ ਬਕਾਇਦਾ ਤੌਰ ਤੇ ਲਗਾਈ ਜਾਣੀ ਚਾਹੀਦੀ ਸੀ ਮੈਂ ਸਮਝਦਾ ਸਦਾ ਮਨਮੋਹਨ ਸਿੰਘ ਜੀ ਦਾ ਇਖਲਾਕੀ ਹਰ ਹੱਕ ਇਹ ਫਰਜ਼ ਬਣਦਾ ਸੀ ਕਿ ਇਸ ਆਵਾਜ਼ ਨੂੰ ਬੁਲੰਦੀ ਦੇ ਨਾਲ ਚੁੱਕਦੇ ਚਲੇ ਇੱਕ ਛੋਟੇ ਕਮਰਸ਼ੀਅਲ ਬ੍ਰੇਕ ਲਈ ਰੁਕ ਲਿਆ ਬ੍ਰੇਕ ਤੋਂ ਬਾਅਦ ਫਰਾਂਸ ਦੇ ਵਿੱਚ ਲੜਾਈ ਕਿੱਥੇ ਤੱਕ ਪਹੁੰਚ ਚੁੱਕੀ ਹੈ ਕਿਉਂਕਿ ਅਸੀਂ ਤੁਹਾਨੂੰ ਦੋ ਅਲੱਗ ਅਲੱਗ ਫੈਸਲੇ ਦਾ ਹਵਾਲਾ ਦਿੱਤਾ ਹੈਗਾ ਜੋ ਕਿ ਇਸ ਵਕਤ ਇੱਕ ਐਮਪਾਵਰਿੰਗ ਇਹ ਫੈਸਲੇ ਹੈਗੇ ਨੇ ਉਹ ਇੰਟਰਨੈਸ਼ਨਲ ਜਿਹੜੀਆਂ ਅਦਾਲਤਾਂ ਹੈਗੀਆਂ ਜਿਹਦੇ ਵਿੱਚ ਯੂਨਾਈਟਿਡ ਨੇਸ਼ਨ ਹਿਊਮਨ ਰਾਈਟਸ ਕਮੇਟੀ ਇੰਪੋਰਟੈਂਟ ਹੈਗਾ ਕਿਉਂਕਿ ਮਨੁੱਖੀ ਅਧਿਕਾਰਾਂ ਜਾਂ ਮਨੁੱਖੀ ਹਕੂਮਾਂ ਦੇ ਪੱਖੋਂ ਇਸ ਮਾਮਲੇ ਦੇ ਵਿੱਚ ਅਦਾਲਤਾਂ ਨੇ ਆਪਣੇ ਫੈਸਲੇ ਸੁਣਾਏ ਨੇ ਲੇਕਿਨ ਫਰਾਂਸੀਸੀ ਸਰਕਾਰ ਇਸ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੀ ਹੈ ਉਹ ਪਾਬੰਦ ਵੀ ਨਹੀਂ ਹੈਗੀ ਹਾਲਾਂਕਿ ਇਹ ਮੰਨਣ ਲਈ ਲੇਕਿਨ ਇਕਲਾਕੀ ਪੱਧਰ 'ਤੇ ਫਰਾਂਸੀਸੀ ਗਵਰਨਮੈਂਟ ਉਹਨਾਂ ਸਾਰੇ ਦਸਤੂਰਾਂ ਨੂੰ ਉਹਨਾਂ ਸਾਰੇ ਜਿਹੜੀਆਂ ਕਦਰਾਂ ਕੀਮਤਾਂ ਹੈਗੀਆਂ ਨੇ ਮਨੁੱਖੀ ਹੱਕਾਂ ਦੀਆਂ ਸਿਵਲ ਰਾਈਟਸ ਦੀਆਂ ਉਹਨਾਂ ਦੇ ਉੱਤੇ ਪਹਿਰਾ ਦੇਣ ਦੀ ਗੱਲਬਾਤ ਜ਼ਰੂਰ ਕਰਦੀ ਹੈ ਲੇਕਿਨ ਜੇ ਅਦਾਲਤਾਂ ਦੇ ਫੈਸਲੇ ਨੂੰ ਫਰਾਂਸੀਸੀ ਸਰਕਾਰ ਨਹੀਂ ਮੰਨ ਰਹੀ ਤਾਂ ਕਿਸ ਦੀ ਜ਼ਿੰਮੇਵਾਰੀ ਹੈ ਉਹਨਾਂ ਨੂੰ ਇਸ ਚੀਜ਼ ਦਾ ਅਹਿਸਾਸ ਦਵਾਉਣਾ ਵੀ ਇੱਕ ਬੜੀ ਵੱਡੀ ਕੋਤਾਹੀ ਜਾਂ ਬੜੀ ਵੱਡੀ ਇੱਕ ਜ਼ਰੂਰਤ ਕਰ ਰਹੇ ਹੈਗੇ ਨੇ ਹਾਲੇ ਤੱਕ ਇਹ ਚੀਜ਼ ਸਮਝਣੀ ਬਾਕੀ ਹੈਗੀ ਹੈ ਆਪਣੇ ਪੈਨਲਿਸਟਾਂ ਤੋਂ ਸਮਝਾਂਗੇ ਜਿਨ੍ਹਾਂ ਨੇ ਇਸ ਲੜਾਈ ਨੂੰ ਲੜਿਆ ਹੈਗਾ ਫਰਾਂਸ ਦੇ ਵਿੱਚ ਇੱਕ ਛੋਟੇ ਬ੍ਰੇਕ ਤੋਂ ਬਾਅਦ ਗੱਲਬਾਤ ਅੱਗੇ ਵਧਾਵਾਂਗੇ।